ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਗਾਰਡੀਨਜ਼ ਆਫ ਗਵਰਨੈਂਸ ਸਕੀਮ ਨੂੰ ਰੱਦ ਕਰਨ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਮੰਤਰੀ ਮੰਡਲ ਨੇ ਪਿਛਲੇ ਸ਼ੁੱਕਰਵਾਰ ਨੂੰ ਗਾੜੀ ਨਜ਼ਾਫ ਗਵਰਨੈਂਸ ਸਕੀਮ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ ਜੋ ਕਿ ਪਿਛਲੀ ਕੈਪਟਨ ਸਰਕਾਰ ਦੇ ਵੱਲੋਂ ਪ੍ਰਮੁੱਖ ਪ੍ਰੋਗਰਾਮ ਸੀ ਇਹ ਸਕੀਮ ਸਰਕਾਰੀ ਪ੍ਰੋਗਰਾਮਾਂ ਦੀ ਨਿਗਰਾਨੀ ਲਈ ਸਾਬਕਾ ਫੌਜੀਆਂ ਨੂੰ ਨਿਯੁਕਤ ਕਰਨ ਦੀ ਸੀ ਦੱਸਦੀ ਹੈ ਸਕੀਮ ਦੇ ਬੰਦ ਹੋਣ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਇਸ ਤਰ੍ਹਾਂ ਇਹ ਸਕੀਮ ਬੰਦ ਹੋ ਗਈ ਹੈ ਸਰਕਾਰ ਨੇ ਪਹਿਲਾਂ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਕੁਝ ਵਿਭਾਗਾਂ ਦੀਆਂ ਨਿਰਧਾਰਤ ਸਕੀਮਾਂ ਦੀ ਨਿਗਰਾਨੀ ਵਿੱਚ ਪਿਛਲੇ ਸਾਲਾਂ ਦੀਆਂ ਅਸੰਤੁਸ਼ਟੀ ਜਨਕ ਗੁਜ਼ਾਰੀ ਨੂੰ ਦੇਖਦੇ ਹੋਏ ਮੰਤਰੀ ਮੰਡਲ ਨੇ ਵੱਡੇ ਜਨਤਕ ਹਿੱਤਾਂ ਵਿੱਚ ਰਾਜ ਵਿੱਚ ਗਾਰਡ ਨਜ਼ਾਫ ਗਵਰਨਰਸ ਸਕੀਮ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਟੈਲੀਕਾਮ ਕੰਪਨੀਆਂ ਨੂੰ ਝਟਕਾ ਟ੍ਰਾਈ ਨੇ 28 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਨ ਨੂੰ ਲੈ ਕੇ ਦਿੱਤੇ ਨਿਰਦੇਸ਼ ਭਾਰਤੀ ਦੂਰ ਸੰਚਾਰ ਰੈਗੂਲੈਟਰੀ ਆਫੈਂਡ ਅੱਠਾਟ ਇੰਡੀਆ ਨੇ ਪ੍ਰੀਪੇਡ ਮੋਬਾਈਲ ਗਾਹਕਾਂ ਦੇ ਹੱਕ ਵਿੱਚ ਵੱਡਾ ਫੈਸਲਾ ਸੁਣਾਇਆ ਜੀ ਟਰਾਈ ਨੇ ਸੌਫਟਵੇਅਰ ਨੂੰ ਸਾਰੀਆਂ ਟੈਲੀਕਮ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਕਿ ਮੋਬਾਈਲ ਰੀਚਾਰਜ ਦੀ ਵੈਧਤਾ 28 ਦਿਨ ਦੀ بجائے 30 ਦਿਨ ਦੇਣ ਇਸ ਦੇ ਨਾਲ ਹੀ ਟੈਲੀਕਮ ਕੰਪਨੀਆਂ ਨੂੰ ਆਪਣੇ ਪਲਾਨ ਨੂੰ ਪੂਰੇ ਮਹੀਨੇ ਦੀ ਵੈਧਤਾ ਵਾਲਾ ਵਿਸ਼ੇਸ਼ ਵਾਊਚਰ ਕੰਬੋ ਵਾਊਚਰ ਲੈਣਾ ਹੋਵੇਗਾ ਟਰਾਈ ਨੇ 7 ਮਹੀਨੇ ਪਹਿਲਾਂ ਵੀ ਇਹ ਨਿਰਦੇਸ਼ ਜਾਰੀ ਕੀਤੇ ਸਨ ਪਰ ਟੈਲੀਕਾਮ ਕੰਪਨੀਆਂ ਨੇ ਇਸ ਦੀ ਪਾਲਣਾ ਨਹੀਂ ਕੀਤੀ ਸੀ ਇਸ ਲਈ ਟਰਾਈ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਫਿਰ ਤੋਂ ਨਿਰਦੇਸ਼ ਦਿੱਤਾ ਹੈ ਦੱਸਦੀ ਹੈ ਕਿ ਟੈਲੀਕਾਮ ਕੰਪਨੀਆਂ ਦੇ ਮੌਜੂਦਾ ਪਲਾਨ ਦੇ ਵਾਅਦਤਾ 28 ਦਿਨ ਹੁੰਦੀ ਹੈ ਜਿਸ ਨਾਲ ਗਾਹਕਾਂ ਨੂੰ ਸਾਲ ਵਿੱਚ 13 ਵਾਰ ਮਹੀਨੇਵਾਰੀ ਚਾਰਜ ਕਰਨਾ ਪੈਂਦਾ ਜੀ ਟਰਾਈ ਦੇ ਇਸ ਫੈਸਲੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇੱਕ ਸਾਲ ਵਿੱਚ ਗਾਹਕਾਂ ਦੁਆਰਾ ਕੀਤੇ ਜਾਣ ਵਾਲੇ ਰੀਚਾਰਜਾਂ ਦੀ ਗਿਣਤੀ ਚੁੱਕਾ ਵੀ ਆਵੇਗੀ 60 ਦਿਨਾਂ ਦੇ ਅੰਦਰ ਲਿਆਉਣੀ ਹੋਵੇਗੀ ਯੋਜਨਾ ਪੰਜਾਬ ਦੇ ਸਿੱਖਿਆ ਪ੍ਰਬੰਧ ਦੀ ਹੋਏਗੀ ਕਾਇਆ ਕਲਪ ਭਗਵੰਤਮਾਨ ਸਰਕਾਰ ਨੇ ਕੀਤੀ ਇੰਜ ਪਲਾਨਿੰਗ ਸੋਬਾਡੀ ਖਬਰ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਤੇ ਪੰਜਾਬ ਦੇ ਸਿੱਖਿਆ ਪ੍ਰਬੰਧਾਂ ਦੀ ਕਾਇਆਕਲਪਨ ਦੀ ਪਲੈਨਿੰਗ ਕਰ ਲਈ ਹੈ ਸਿੱਖਿਆ ਮੰਤਰੀ ਹਰਜੂਤ ਬੈਂਸ ਨੇ ਸਿੱਖਿਆ ਢਾਂਚੇ ਦੀ ਜ਼ਮੀਨੀ ਹਕੀਕਤ ਜਾਣਨ ਦੇ ਲਈ ਪੰਜਾਬ ਵਿੱਚ 19123 ਸਰਕਾਰੀ ਸਕੂਲਾਂ ਦਾ ਸਰਵੇ ਕਰਵਾਇਆ ਜਿਸ ਦੇ ਸਰਵੇ ਦੇ ਆਧਾਰ ਤੇ ਅਗਲੇ ਵੱਡੇ ਕਦਮ ਉਠਾਏ ਜਾ ਰਹੇ ਹਨ ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੂਤ ਬੈਂਸ ਨੇ ਕਿਹਾ ਹੈ ਕਿ ਅਗਲੇ ਬਰੇ ਤੋਂ ਸਕੂਲ ਆਫ ਐਮਿਨੈਂਸ ਸ਼ੁਰੂ ਹੋ ਜਾਣਗੇ ਹਾਲਾ ਇਹ ਸਕੂਲਾਂ ਦੀ ਛਨਾਕਤਾ ਕੰਮ ਚੱਲ ਰਿਹਾ ਹੈ ਸਕੂਲ ਆਫ ਐਮਿਨੈਂਸ ਦੇ ਵਿੱਚ 9ਵੀਂ ਤੋਂ 12ਵੀਂ ਤੱਕ ਦੀ ਪੜਾਈ ਹੋਵੇਗੀ ਬਾਕੀ ਕਲਾਸਾਂ ਲਈ 2 ਕਿਲੋਮੀਟਰ ਦੇ ਦਾਇਰੇ ਵਿੱਚ ਸਕੂਲ ਚ ਬੱਚੇ ਪੜਨਗੇ ਉਹਨਾਂ ਨੇ ਕਿਹਾ ਜੇ ਸਥਾਪਿਤ ਹੋ ਚੁੱਕੇ ਸਕੂਲਾਂ ਵਿੱਚੋਂ ਚਾਹੇ ਉਹ ਸਮਾਰਟ ਹੋਵੇ ਜਾਂ ਮੈਰਿਟੋਰੀਅਸ ਸਕੂਲ ਉਹ ਸਕੂਲ ਹੀ ਕੈਨ ਨੂੰ ਸਮਾਰਟ ਹਨ ਜਿਹੇ ਸਕੂਲ ਪ੍ਰਾਈਵੇਟ ਸਕੂਲਾਂ ਦਾ ਮੁਕਾਬਲੇ ਨਹੀਂ ਹਨ ਅਜੇ ਇਹ ਸਕੂਲਾਂ 'ਚੋਂ ਸਭ ਘਾਟਾਂ ਨੂੰ ਪੂਰਾ ਕਰਨ ਲਈ ਮਾਹੌਲ ਸਿਰਜਿਆ ਜਾਵੇਗਾ। ਬਲਜਿੰਦਰ ਕੌਰ ਥੱਪੜ ਮਾਮਲਾ ਜੇਕਰ ਇਹ ਲੂ ਹਿੰਸਾ ਛਪੀੜਤ ਸ਼ਿਕਾਇਤ ਨਾ ਕਰੇ ਤਾਂ ਕੀ ਹਨ ਕਾਨੂੰਨੀ ਵਿਕਲਪ ਪੰਜਾਬ ਦੀ ਇੱਕ ਵਧਾਇਕਾ ਦੇ ਪਤੀ ਵੱਲੋਂ ਕੱਥੇ ਤੌਰ ਤੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਨੂੰ ਕਈ ਦਿਨ ਬੀਤ ਗਏ ਨੇ ਪਰ ਵਧਾਇਕਾ ਬਲਜਿੰਦਰ ਕੌਰ ਵੱਲੋਂ ਕੋਈ ਸ਼ਿਕਾਇਤ ਨਾ ਹੋਣ ਕਾਰਨ ਕੇਸ ਦਰਜ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਵਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਉਹਨਾਂ ਦੇ ਪਾਤੀ ਵੱਲੋਂ ਥੱਪੜ ਮਾਰਨ ਦੀ ਵਾਇਰਲ ਹੋਈ ਵੀਡੀਓ ਦੇਖਣ ਤੋਂ ਬਾਅਦ ਸਲੂਕੀ ਤੇ ਬਹਿਸ ਛਿੜੀ ਹੋਈ ਹੈ ਅਤੇ ਵਿਧਾਇਕ ਇਸ ਮੁੱਦੇ ਤੇ ਚੁੱਪ ਰਹਿਣ ਤੇ ਕਈ ਸਵਾਲ ਚੁੱਕੇ ਜਾ ਰਹੇ ਨੇ ਤਲਵੰਡੀ ਸਾਬੋ ਤੋਂ ਦੋ ਵਾਰ ਵਿਧਾਇਕ ਰਹੇ ਚੁੱਕੇ ਬਲਜਿੰਦਰ ਕੌਰ ਆਪ ਦੇ ਕੌਮੀ ਕਾਰਜ ਕਰਨੀ ਦੇ ਮੈਂਬਰ ਵੀ ਹਨ ਤੇ ਪੰਜਾਬ ਵਿੱਚ ਪਾਰਟੀ ਦੀ ਮੈਲਾ ਵਿੰਗ ਦੀ ਮੁਖੀ ਵੀ ਆਸਾਸ ਤੋਂ ਆਉਣ ਤੋਂ ਪਹਿਲਾਂ ਬਲਜਿੰਦਰ ਕੌਰ ਫਤੇਗੜ ਸਾਹਿਬ ਦੇ ਮਾਤਾ ਗੁਜਰੀ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਸੰਤ ਤੇ ਉਹਨਾਂ ਨੇ ਅੰਗਰੇਜ਼ੀ ਵਿੱਚ ਐਮ ਫਿਲ ਕੀਤੀ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਨਾਜਾਇਜ਼ ਮਾਈਨਿੰਗ ਕਰਨ ਵਾਲੇ ਦੇਸ਼ ਦੇ ਗਦਾਰ ਹੁਣ ਪੰਜਾਬ ਦੇ ਰਾਜਪਾਲ ਪ੍ਰੋਫਿਟ ਵੀ ਐਕਸ਼ਨ ਮੂਡ ਦੇ ਵਿੱਚ ਪੰਜਾਬ ਤੋਂ ਨਾਜਾਇਜ਼ ਮਾਈਨਿੰਗ ਰੋਕਣ ਲਈ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੀ ਐਕਸ਼ਨ ਮੂਡ ਦੇ ਵਿੱਚ ਨਜ਼ਰ ਆਏ ਨੇ ਉਹਨਾਂ ਨੇ ਨਜਾਇਜ਼ ਖਾਣਨ ਕਰਨ ਵਾਲਿਆਂ ਨੂੰ ਦੇਸ਼ ਦਾ ਗੈਦਾਰਾ ਲਾਣ ਦੇ ਕਹਿ ਕੇ ਇਹ ਦੇ ਲੋਕਾਂ ਖਿਲਾਫ ਖਾਣਨ ਐਕਟ ਤੋਂ ਇਲਾਵਾ ਦੇਸ਼ ਤ੍ਰੋ ਦਾ ਵੀ ਮਾਮਲਾ ਦਰਜ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਜੀ ਨਜਾਇਜ਼ ਖਾਣਨ ਹੋਣ ਨਾਲ ਸਰਹੱਦੀ ਖੇਤਰ ਅੰਦਰ ਪੁਲਾਂ ਨੂੰ ਕਤਰਾ ਪੈਦਾ ਹੋ ਗਿਆ ਉੱਥੇ ਬਣੇ ਬੀਐਸਐਫ ਤੇ ਫੌਜ ਦੇ ਬੰਕਰ ਟੁੱਟ ਰਹੇ ਹਨ ਉਹਨਾਂ ਨੇ ਕਿਹਾ ਕਿ ਸ਼ਮਸ਼ਾਨ ਸਪਸ਼ਟ ਹੈ ਕਿ ਦੇਸ਼ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਪੰਜਾਬ ਵੈਦਰ ਫੋਰਕਾਸਟ ਪੰਜਾਬ ਚ ਮਾਨਸੂਨ ਹੋਇਆ ਮੋੜ ਸਰਗਰਮ 16 ਸਤੰਬਰ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਪਾਰਿਮੀਂ ਦੀ ਸੰਭਾਵਨਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਆਪਣਾ ਰੁਖ ਬਦਲ ਲਿਆ ਹੈ ਸਰਗਰਮ ਮਾਨਸੂਨ ਕਾਰਨ ਪਿਛਲੇ ਦੋ ਦਿਨਾਂ ਚ ਮੌਸਮ ਚ ਲਗਾਤਾਰ ਬਦਲਾਅ ਹੋ ਰਿਹਾ ਹੈ ਅਤਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਬੂੰਦਾਬੰਦੀ ਹੋਈ ਜਿਸ ਕਾਰਨ 16 ਸਤੰਬਰ ਤੱਕ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪਾਰਿਮੀਂ ਪੈਣ ਦੀ ਸੰਭਾਵਨਾ ਹੈ ਸਾਬਕਾ ਸੀਐਮ ਚੰਨੀ ਪੱਠਲ ਤੇ ਸਾਬਕਾ ਸੂਬਾ ਪ੍ਰਧਾਨ ਦੁੱਲੂ ਕਾਂਗਰਸ ਦੀ ਸੂਬਾ ਕਾਰਜ ਕਰਨੀ ਚੋਂ ਬਾਹਰ ਕਾਂਗਰਸ ਨੇ ਸੂਬਾ ਕਾਰਨ ਕਰਜੀ ਦੇ 102 ਮੈਂਬਰਾਂ ਦੀ ਪਹਿਲੀ ਅਤੇ 70 ਡੈਲੀਗੇਟਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ ਸਾਬਕਾ ਰਾਜ ਸਭਾ ਮੈਂਬਰਾਂ ਤੇ ਸਾਬਕਾ ਸੂਬਾ ਪ੍ਰਧਾਨ ਸ਼ਮਸ਼ੀਰ ਦੁੱਲੂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਰਜਿੰਦਰ ਕੌਰ ਪੱਠਲ ਨੂੰ ਤਾਂ ਕਾਰਜ ਕਰਨੀ ਵਿੱਚ ਥਾਂ ਹੀ ਨਹੀਂ ਦਿੱਤੀ ਗਈ ਸਾਬਕਾ ਵਿਧਾਇਕਾਂ ਦੇ ਪੁੱਤਰਾਂ ਨੂੰ ਕਾਰਜ ਕਰਨੇ ਵਿੱਚ ਸ਼ਾਮਲ ਕੀਤਾ ਗਿਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਦੀ ਪਤਨੀ ਤੇ ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਉਹਨਾਂ ਦੇ ਵਿਧਾਇਕ ਪੁੱਤਰ ਚੌਧਵੀ ਵਿਕਰਮ ਸਿੰਘ ਨੂੰ ਸੂਬਾ ਕਾਰਜ ਕਰਨੇ ਵਿੱਚ ਥਾਂ ਦਿੱਤੀ ਗਈ ਹੈ। ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮੋਹਾਲੀ ਸਟेडियम ਨੂੰ ਯੂਵੀ ਤੇ ਪੱਜੀ ਦੇ ਨਾਲ-ਨਾਲ ਜਾਣਿਆ ਜਾਵੇਗਾ ਪੀਸੀਆ ਨੇ ਦਿੱਤਾ ਸਨਮਾਨ। 20 ਸਤੰਬਰ ਨੂੰ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟਰ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ T20 ਮੈਚ ਇਸ ਵਾਰ ਖਾਸ ਹੋਣ ਵਾਲਾ ਕਿਉਂਕਿ ਸਟੇਡੀਅਮ ਦੇ ਵਿੱਚ ਪਹਿਲੀ ਵਾਰ ਸਾਬਕਾ ਕ੍ਰਿਕਟਰ ਭਾਰਤੀ ਕ੍ਰਿਕਟਰਾਂ ਦੇ ਨਾਂ ਤੇ ਬਣੇ ਸਟੈਂਡ ਦਸ਼ਕਾ ਆਨੰਦ ਲੈ ਸਕਦੇ ਨੇ ਪੰਜਾਬ ਕ੍ਰਿਕਟ ਸੰਘ ਦੇ ਸਾਬਕਾ ਭਾਰਤੀ ਸਪਿਨਰ ਹਰਪਜਨ ਸਿੰਘ ਦੇ ਛਿੱਕਿਆਂ ਦੇ ਬਾਦਸ਼ਾਹ ਜੋ ਰਾਜ ਸਿੰਘ ਦਾ ਉਹ ਸੇਸ਼ ਸਨਮਾਨ ਦਿੱਤਾ ਇਹਨਾਂ ਦੋਵਾਂ ਖਿਡਾਰੀਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਲਈ ਟੀਮ ਖੇਡਦੇ ਹੋਏ ਟੀਮ ਇੰਡੀਆ ਚ ਖੇਡੇ ਤੇ ਦੁਨੀਆ ਭਰ ਚੋਂ ਆਪਣੀ ਪਛਾਣ ਬਣਾਈ ਹੈ ਚਾਈਨਾ ਵਾਇਰਸ ਨਾਲ ਪੰਜਾਬ ਚ 34000 ਹੈਕਟੇਰ ਝੋਨੇ ਦੀ ਫਸਲ ਬਰਬਾਦ ਸਾਊਦਰਨ ਰਾਈਸ ਬਲੈਕ ਸਟ੍ਰੀਕ ਡਵਾਫਾਈਡ ਵਾਇਰਸ ਚਾਈਨਾ ਵਾਇਰਸ ਨੇ ਪੰਜਾਬ ਦੇ 14 ਜ਼ਿਲ੍ਹਿਆਂ ਚ ਝੋਨੇ ਦੀ ਫਸਲ ਚ ਤਬਾਹੀ ਮਚਾ ਦਿੱਤੀ ਹੈ ਹੁਣ ਤੱਕ 34747 ਹੈਕਟੇਰ ਇਕੜ ਦੇ ਵਿੱਚ ਲਾਇਆ ਗਿਆ ਝੋਨਾ ਪ੍ਰਭਾਵਿਤ ਹੋਇਆ ਝੋਨੇ ਦੀ ਫਸਲ ਖਰਾਬ ਹੋਣ ਦੇ ਕਾਰਨ ਉਤਪਾਦਨ ਵਿੱਚ ਹੜ 4.8% ਕਮੀ ਆਉਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਕੜਕ ਦੀ ਗਰਮੀ ਕਾਰਨ ਕਣਕ ਦਾ 13% ਦੀ ਉਤਪਾਦਨ ਕਟ ਗਿਆ ਸੀ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਬੀਜ ਪੀਆਰ 171 ਚਾਈਨਾ ਦੇ ਵਾਇਰਸ ਦੇ ਹਮਲੇ ਨਾਲ ਪ੍ਰਭਾਵਿਤ ਹੋਈ ਹੈ ਫਸਲ ਤੇ ਦਾਣਾ ਆਉਂਦਾ ਨਾ ਦੇਖ ਕੇ ਕਿਸਾਨ ਨੇ ਆਪ ਹੀ ਇਸ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ ਬ੍ਰੇਕਿੰਗ ਨਿਊਜ਼ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਮੁਸ਼ਕਲ ਚੋਂ ਪੰਜਾਬ ਦੇ ਵਿੱਚ ਮਾਨਸੂਨ ਮੋੜ ਐਕਟਿਵ 34000 ਐਕਟੇਰ ਫੈਸਲਾ ਜਿਹੜੀ ਬਰਬਾਦ ਹੋ ਚੁੱਕੀ ਹੈ ਮਾਨ ਨੇ ਫੌਜਾ ਸਿੰਘ ਸਰਾਰੀ ਦੀ ਲੀਕ ਹੋਈ ਆਡੀਓ ਕਲਿੱਪ ਆਪ ਸਰਕਾਰ ਲਈ ਬਣੀ ਨਵੀਂ ਮੁਸੀਬਤ ਸੋ ਇੱਕ ਵਿਅਕਤੀ ਨਾਲ ਮੋਬਾਈਲ ਤੇ ਗੱਲ ਕਰ ਰਿਹਾ ਤੇ ਡੀ ਐਫ ਐਸ ਸੀ ਰਾਹੀਂ ਮਾਲ ਦੀ ਲੋਡਿੰਗ ਅਤੇ ਲਿਫਟਿੰਗ ਵਿੱਚ ਪੈਸਾ ਕਿਵੇਂ ਬੰਦ ਹੈ ਇਸ ਤੇ ਕਾਰਵਾਈ ਕਰਨ ਦੀ ਬਜਾਏ ਪੈਸੇ ਹੀ ਬਣਾਏ ਜਾ ਰਹੇ ਹਨ ਇਸ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਵਿਰੋਧੀਆਂ ਨੇ ਆਪ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਇਸ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲੱਗਾ ਹਾਈ ਕੋਰਟ ਤੋਂ ਵੱਡਾ ਝਟਕਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਪ੍ਰਾਪਤ ਜਾਣਕਾਰੀ ਅਨੁਸਾਰ ਹਾਈ ਕੋਰਟ ਨੇ ਘਰ ਘਰ ਆਟਾ ਸਕੀਮ ਤੇ ਰੋਕ ਲਾ ਦਿੱਤੀ ਆ ਹਾਈ ਕੋਰਟ ਨੇ ਫੈਸਲਾ ਕਰਨਾ ਪੰਜਾਬ ਦੇ ਡਿਪੂ ਫੋਲਡਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਦਰਸਲ ਐਨ ਐਫ ਐਸ ਏ ਡਿਪੂ ਹੋਲਡਰਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਪਾਈ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਇਸ ਤੇ ਰੋਕ ਲਾ ਦਿੱਤੀ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ ਘਰ-ਘਰ ਆਟਾ ਪਹੁੰਚਾਉਣ ਦੀ ਯੋਜਨਾ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਬੀਪੀਐਲ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਦੇਣ ਦੇ ਲਈ ਵੀ ਵੱਡਾ ਐਲਾਨ ਕੀਤਾ ਗਿਆ ਸੀ ਦੱਸਦੀ ਹੈ 1 ਅਕਤੂਬਰ ਤੋਂ ਤੁਹਾਨੂੰ ਘਰ ਦੇ ਵਿੱਚ ਬੈਠੇ ਹੀ ਜਿਹੜਾ ਆਟਾ ਤੇ ਦਾਲ ਮਿਲਣਾ ਸੀ ਪਰ ਫਿਲਹਾਲ ਸਰਕਾਰ ਨੇ ਇਸ ਸਕੀਮ ਨੂੰ ਬੰਦ ਕਰ ਦਿੱਤਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਠੇਕਾ ਮੁਲਾਜ਼ਮਾਂ ਨੇ ਰੈਗੂਲਰ ਨਾ ਕਰਨ ਦੇ ਵਿਰੋਧ ਵਿੱਚ ਫੂਕੀ ਪੰਜਾਬ ਸਰਕਾਰ ਦੀ ਅਰਥੀ ਸਰਕਾਰ ਬਣਨ ਤੋਂ ਪਹਿਲਾਂ ਕੈਬਨਿਟ ਦੇ ਵਿੱਚ ਸਮੂਹ ਕਰੋਨਾ ਯੋਧਿਆਂ ਨੂੰ ਪੈਲ ਦੇ ਆਧਾਰ ਤੇ ਰੈਗੂਲਰ ਕੀਤਾ ਜਾਵੇਗਾ ਪਰ ਹੁਣ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ ਐਸ ਦੇ ਰੋਜਵੈਸ ਠੇਕਾ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖਿਲਾਫ ਫਰੂਜ਼ ਪ੍ਰਦਰਸ਼ਨ ਕੀਤਾ ਗਿਆ ਤੇ ਫਰੂਜ਼ਪੁਰ ਦੇ ਵਿੱਚ ਸਿਹਤ ਸੇਵਾਵਾਂ ਦੇਣ ਵਾਲੇ ਨੈਸ਼ਨਲ ਹੈਲਥ ਮਿਸ਼ਨ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਕਿਨਾਰਾਗਰਦੀ ਨਜ਼ਰ ਆ ਰਹੀ ਅੱਜ ਜਿਸ ਤੋਂ ਬਾਅਦ ਹੁਣ ਉਹਨਾਂ ਨੇ 15 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਕੱਠੇ ਹੋ ਕੇ 15 ਸਾਲਾਂ ਤੋਂ ਕੰਮ ਕਰ ਰਹੇ ਨੇ ਸਰਕਾਰਾਂ ਉਹਨਾਂ ਨਾਲ ਹਰ ਵਾਰ ਧੋਖਾ ਕਰ ਰਹੀਆਂ ਨੇ ਜਿਸ ਕਰਕੇ ਉਹਨਾਂ ਨੇ ਅੱਜ ਅਰਥੀ ਫੂਕ ਦਿੱਤੀ ਹੈ ਇਸ ਮੌਕੇ ਯੂਨੀਅਨ ਆਗੂ ਬਗੀਚਾ ਸਿੰਘ ਨਾਂਗਪਾਲ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੀ ਧੋਖੇ ਦੇ ਉੱਤਰ ਆਈ ਹੈ ਪੰਜਾਬ ਦੇ ਵਿੱਚ ਮਾਨਸੂਨ ਸਰਗਰਮ ਹੋ ਚੁੱਕਾ ਹੈ ਜੀ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ 16 ਤੱਕ ਸੰਭਾਵਨਾ ਹੈ ਜਾਇਦਾਦ ਉੱਤਰਾਧਿਕਾਰ ਕਾਨੂੰਨ ਚ ਮਰਦਾਂ ਨੂੰ ਪਹਿਲ ਕਿਉਂ ਪਟੀਸ਼ਨ ਮਗਰੋਂ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਕੀਤਾ ਤਲਬ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਾਇਦਾਦ ਕਾਨੂੰਨ ਚ ਪੁਰਸ਼ਾਂ ਦੀ ਤਰਜੀਹ ਤੇ ਲਿੰਗ ਭੇਦਭਾਵ ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਨੈਸ਼ਨਲ ਲਾਅ ਸਕੂਲ ਮੋਹਾਲੀ ਦੇ ਵਿਦਿਆਰਥੀ ਦਰਸ਼ਕ ਕਾਦਿਆਨ ਨੇ ਐਡਵੋਕੇਟ ਸਾਰਤਕ ਗੁਪਤਾ ਰਾਹੀਂ ਪਟੀਸ਼ਨ ਦਾਇਰ ਕਰਕੇ ਹਿੰਦੂ ਉਤਰਾਧਿਕਾਰ ਐਕਟ ਦੀ ਵਿਵਸਥਾ ਦੀ ਚੁਣੌਤੀ ਦਿੱਤੀ ਹੈ ਪਟੀਸ਼ਨਰ ਨੇ ਜਨਹਿਤ ਪਟੀਸ਼ਨ ਰਾਹੀਂ ਕਿਹਾ ਕਿ ਵਿਵਸਥਾ ਅਨੁਸਾਰ ਜੇਕਰ ਪਰਿਵਾਰ ਦੇ ਮੁਖੀ ਦੀ ਮੌਤ ਹੋ ਜਾਂਦੀ ਤਾਂ ਮੌਤ ਤੋਂ ਪਹਿਲਾਂ ਵਸੀਅਤ ਨਹੀਂ ਛੜਦਾ ਤਾਂ ਮਰਦਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜੇਹੀ ਸਥਿਤੀ ਵਿੱਚ ਵਾਰਸਾਂ ਦੀ ਪਹਿਲੀ ਸ਼੍ਰੈਣੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਸ ਵਿੱਚ ਪੁੱਤਰ ਤੀ ਪੋਤਾ ਪੋਤੀ ਆਦਿ ਸ਼ਾਮਲ ਹੁੰਦੇ ਨੇ ਵੱਡੀਆਂ ਕੰਪਨੀਆਂ ਦੇ ਪੰਜਾਬ ਵਿੱਚ ਨਿਵੇਸ਼ ਕਰਨ ਦੀ ਹਾਮੀ ਭਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਜੀ ਵੱਡੀਆਂ ਕੰਪਨੀਆਂ ਨਾਲ ਚਾਰ ਚਰਚਾ ਚੱਲ ਰਹੀ ਹੈ ਜੀ ਟਵੀਟ ਕਰਕੇ ਦਾਵਾ ਕੀਤਾ ਕਿ ਕੰਪਨੀ ਜਰਮਨੀ ਦੀਆਂ ਵੱਡੀਆਂ ਕੰਪਨੀਆਂ ਪੰਜਾਬ ਦੇ ਵਿੱਚ ਨਿਵੇਸ਼ ਕਰਨ ਲਈ ਤਿਆਰ ਨੇ ਤੇ ਮੈਂ ਜਲਦੀ 10-15 ਕੰਪਨੀਆਂ ਲੈ ਕੇ ਆ ਰਹੇ ਹਾਂ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮ ਚੰਡੀਗੜ੍ਹ ਦੇ ਵਿੱਚ ਅੱਜ ਕਰਨਗੇ ਕਿਰਾਉ ਬੱਸਾਂ ਦੇ ਚੱਕੇ ਜਾਮ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੀ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਠੇਕੇ ਤੇ ਆਊਟਸੋਰਸਿੰਗ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਪੰਜਾਬ ਸਰਕਾਰ ਲਈ ਮੁਸੀਬਤ ਬਣ ਸਕਦਾ ਹੈ ਜੇ ਪੰਜਾਬ ਰੋਡਵੇਜ਼ ਪਣਵਾਸਾ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਆਪਣੇ ਤ੍ਰੈ ਪ੍ਰੋਗਰਾਮਾ ਦੇ ਅਨੁਸਾਰ ਸੰਘਰਸ਼ ਦੇ ਰਾਹ ਤੇ ਅੱਗੇ ਵੱਧਦੀ ਨਜ਼ਰ ਆ ਰਹੀ ਹੈ ਯੂਨੀਅਨ ਵੱਲੋਂ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਰੋਡਵੇਜ਼ ਦੇ ਮੁੱਖ ਦਫ਼ਤਰ ਦਾ ਘਰਾਵ ਕੀਤਾ ਜਾ ਰਿਹਾ ਤੇ ਪੰਜਾਬ ਰੋਡਵੇਜ਼ ਦੇ ਹਰੇਕ ਡਿਪੂ ਤੋਂ 35-35 ਮੁਲਾਜ਼ਮ ਹਾਜ਼ਰ ਰਹਿਣਗੇ ਮੁਲਾਜ਼ਮਾਂ ਦੀ ਘਾਟ ਨਾਲ ਪੰਜਾਬ ਰੂਟ ਵੇਜ ਦੀ ਇੰਨੀ ਵੱਡੀ ਗਿਣਤੀ ਵਿੱਚ ਠੇਕੇ ਦੇ ਮੁਲਾਜ਼ਮ ਚੰਡੀਗੜ੍ਹ ਘਰਾਓ ਕਰਨ ਲਈ ਜਾਣਗੇ ਤਾਂ ਰੈਗੂਲਰ ਬੱਸਾਂ ਦੇ ਸੰਚਾਲਨ ਪਰਭਾਵਿਤ ਹੋਣਗੇ ਕੈਪਟਨ ਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਦਾ ਕਰਨਗੇ ਭਾਜਪਾ ਦੇ ਵਿੱਚ ਰਲੇਵਾ ਅਮਿਤ ਸ਼ਾਹ ਦੇ ਨਾਲ ਹੋ ਰਹੀਆਂ ਨੇ ਗੁਪਤ ਮੀਟਿੰਗਾਂ ਇਸ ਤੋਂ ਪਹਿਲਾਂ 3 اگਸਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਕੈਪਟਨ ਦੇ ਵੱਲੋਂ ਗੁਪਤ ਮੀਟਿੰਗ ਕੀਤੀ ਗਈ ਸੀ ਪੀਐਲਸੀ ਨੂੰ ਭਾਜਪਾ ਦੇ ਵਿੱਚ ਮਿਲਾਉਣ ਦੀ ਗੱਲ ਚੱਲ ਰਹੀ ਹੈ ਤੇ ਭਾਜਪਾ ਦੇ ਨਾਲ ਰਲ ਕੇ ਚੋਣਾਂ ਵੀ ਲੜੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਕਣਕ ਦੇ ਬੀਜ ਦੀ ਵਿਕਰੀ ਮੌਕੇ ਹੀ ਬਾਅਦ ਵਿੱਚ ਕਟੌਤੀ ਕਰਕੇ ਸਬਸਿਡੀ ਦਾ ਲਾਭ ਦਿੱਤਾ ਜਾਵੇ ਕੁਲਦੀਪ ਤਾਲੀਵਾਲ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਕਣਕ ਦਾ ਬੀਜ ਮਿਆਰੀ ਬੀਜ ਮੁਹੱਈਆ ਕਰਵਾਉਣ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਗਾਮੀ ਸੀਜ਼ਨ 3 ਕਣਕ ਦਾ ਮਿਆਰੀ ਬੀਜ ਮੁਹੱਈਆ ਕਰਵਾਉਣ ਦੀ ਖੇਤੀਬਾੜੀ ਵਿਭਾਗ ਅਤੇ ਪਣ ਸੀਡ ਵੱਲੋਂ ਤਿਆਰ ਕੀਤੀ ਗਈ ਜਾਇਜ਼ਾ ਲੈਣ ਦੇ ਲਈ ਖੇਤੀ ਮੰਤਰੀ ਕੁਲਦੀਪ ਤਾਲੀਵਾਲ ਦੀ ਪ੍ਰਧਾਨਗੀ ਹੇਠਾਂ ਖੇਤੀਬਾੜੀ ਅਤੇ ਪਣ ਸੀਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ 'ਚ ਪਣ ਸੀਡ ਦੇ ਚੇਅਰਮੈਨ ਮਹਿੰਦਰ ਸਿੱਧੂ ਅਤੇ ਖੇਤੀਬਾੜੀ ਵਿਭਾਗ ਦੇ ਵਧੀਕ ਮੁਖ ਸਕੱਤਰ ਸਰਬਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ PSPCL ਚੋ ਅਸਿਸਟੈਂਟ ਲਾਈਨਮੈਨਾਂ ਦੀਆਂ 2000 ਅਸਾਮੀਆਂ ਲਈ ਭਰਤੀ ਹੋਵੇਗੀ ਜਲਦੀ ਈਡੀਓ ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਰਤੀ ਮਹਮ ਦੇ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਅਸਿਸਟੈਂਟ ਲਾਈਨਮੈਨਾਂ ਦੀਆਂ 2000 ਅਸਾਮੀਆਂ ਦੇ ਵਿਰੁੱਧ ਭਰਤੀ ਪ੍ਰਕਿਰਿਆ ਜਾਰੀ ਹੈ ਤੇ ਇਸ ਪ੍ਰਕਿਰਿਆ ਨੂੰ ਛੇਤੀ ਮੁਕੰਮਲ ਕਰ ਲਿਆ ਜਾਵੇਗਾ ਇਸ ਤੇ ਲਈ ਬਿਜਲੀ ਮੰਤਰੀ ਹਰਪ੍ਰਧਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀਐਸਪੀਸੀਐਲ ਨੇ ਪਹਿਲਾਂ ਜਾਰੀ ਕੀਤੇ ਇਸ਼ਤਿਹਾਰਾਂ ਅਸਿਸਟੈਂਟ ਲਾਈਨਮੈਨਾਂ ਦੀਆਂ 1600 ਨਾਬਯਾ ਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਸਨ ਇਸ਼ਤਿਹਾਰ ਨੂੰ ਸੋਧ ਕਰਕੇ ਗਿਣਤੀ 2000 ਕਰ ਦਿੱਤੀ ਗਈ ਹੈ 20 ਤਰੀਕ ਤੱਕ ਤੁਸੀਂ ਇਹ ਜਮਾ ਕਰਵਾ ਸਕਦੇ ਹੋ T20 ਵਿਸ਼ਵ ਕੱਪ 2022 ਲਈ ਭਾਰਤੀ ਟੀਮ ਦਾ ਐਲਾਨ ਰੋਹਿਤ ਸ਼ਰਮਾ ਹੋਣਗੇ ਕਪਤਾਨ ਹੋਰ ਖਿਡਾਰੀਆਂ ਨੂੰ ਮਿਲੇਗੀ ਜਗ੍ਹਾ T20 ਵਿਸ਼ਵ ਕੱਪ 2022 ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਜੀ ਰੋਹਤ ਸ਼ਰਮਾ ਦੀ ਕਫਤਾਨੀ ਦੇ ਵਿੱਚ ਟੀਮ ਦੇ ਇਸ ਸਾਲ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੇ ਟੂਰਨਾਮੈਂਟਾਂ 'ਚੋ ਕਿਤਾਬ ਦਿੱਤਨ ਦੀ ਮਦਾਨਾਂ ਦੇ ਵਿੱਚ ਆਪਣੀ ਤਾਕਤ ਦਿਖਾਏਗੀ ਹੁਣ ਟੋਲ ਪਲਾਜ਼ਾ ਤੇ ਟੈਕਸ ਭਰਨਾ ਨਹੀਂ ਪਵੇਗੀ ਗੱਡੀ ਨੂੰ ਰੋਕਣ ਦੀ ਲੋੜ ਗੜકરી ਸਰਕਾਰ ਨੇ ਮਾਸਟਰ ਪਲਾਨ ਬਣਾ ਲਿਆ ਹੈ ਉਹਨਾਂ ਨੇ ਟੋਲ ਪਲਾਜ਼ਾ ਦੇ ਟੈਕਸ ਜਲਦੀ ਭੁਗਤਾਨ ਕਰਨ ਦੇ ਲਈ ਵਾਹਨਾਂ ਦੇ ਫਾਸਟ ਟੈਗ ਲਾਜ਼ਮੀ ਕੀਤਾ ਹੁਣ ਏ ਸਪੀਡ ਨੂੰ ਘਟਾਉਣ ਦੇ ਟੋਲ ਹਾਈਵੇ ਤੇ ਚੱਲਣ ਵਾਲੀਆਂ ਕਾਰਾਂ ਦੇ ਮਾਲਕਾਂ ਤੋਂ ਜਲਦੀ ਟੈਕਸ ਵਸੂਲਣ ਦੀ ਆਟੋਮੈਟਿਕ ਨੰਬਰ ਪਲੇਟ ਪ੍ਰੇਸ਼ਾਨ ਪ੍ਰਣਾਲੀ ਦਾ ਇੱਕ ਪਾਇਲਟ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ। ਪੰਜਾਬ ਦੇ ਵਿੱਚ 100 ਰੂਪਿਆ ਨਾਲ ਚੱਲਣਗੇ ਖੇਤੀ ਟਿਊਬਵੈੱਲ ਭਗਵੰਤ ਮਾਨ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਉਹਨਾਂ ਨੇ ਕਿਹਾ ਜੀ 200 ਕਰੋੜ ਰੁਪਏ ਦਾ ਬਚਤ ਕਰਾਂਗੇ। ਸਦੂ ਮੂਸੇਵਾਲਾ ਦੀ ਯਾਦ ਵਿੱਚ ਪੌਦਿਆਂ ਦਾ ਲੰਗਰ ਅਤੇ ਖੂਨਦਾਨ ਕੈਂਪ ਮੇਲਾ ਕਠਾਰ ਵਿੱਚ 14 ਸਤੰਬਰ ਨੂੰ ਸ਼ੋਭਦੀਪ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਪੌਦਿਆਂ ਦਾ ਲੰਗਰ ਅਤੇ ਖੂਨਦਾਨ ਕੈਂਪ ਜਲੰਧਰ ਹਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਦੇ ਵਿੱਚ ਫਿਲਮ ਪ੍ਰੋਡਿਊਸਰ ਭਾਨਾ ਤੇ ਐਲ ਏ ਹੰਬਲ 뮤직 ਦੀ ਇਕਵਾਇ ਦੇ ਵਿੱਚ 14 ਸਤੰਬਰ ਨੂੰ ਲਾਇਆ ਜਾ ਰਿਹਾ ਹੈ। ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਚੰਡੀਗੜ੍ਹ ਪੁਲਿਸ ਨੇ ਫੜਿਆ ਚੀਨੀ ਗੈਂਗ ਤਤਕਾਲ ਲੋਨ ਦੇ ਨਾਂ ਤੇ ਦਿੰਦਾ ਕਰਦਾ ਸੀ ਠੱਗੀ ਕਿਲੋ ਗ੍ਰਿਫਤਾਰ ਚੰਡੀਗੜ੍ਹ ਪੁਲਿਸ ਨੇ ਇੰਟਰਨੈਟ ਲੋਨ ਐਪਸ ਦੇ ਰਾਹੀਂ ਠੱਗੀ ਮਾਰਨ ਦੇ ਮਾਮਲੇ ਵਿੱਚ ਚੀਨੀ ਵਿਅਕਤੀ ਸਮੇਤ ਗਰੂ ਦੇ ਵੀ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਿ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਚੀਨੀ ਵਿਅਕਤੀ ਵੀਜੇ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਭਾਰਤ ਵਿੱਚ ਰਹਿ ਰਿਹਾ ਸੀ ਤੇ ਗਰੂ ਦਾ ਮੁਖੀ ਦੱਸਿਆ ਜਾ ਰਿਹਾ ਸੀ ਪੁਲਿਸ ਅਨੁਸਾਰ ਉਹ ਮਿਲ ਦੇ ਕਰਜ਼ੇ ਦੇ ਲਾਲਚ ਵਿੱਚ ਗਰੂਹਾਂ ਦੇ ਨਾਲ ਖੱਗੀ ਮਾਰਕੇ ਕਰੀਬ 60 ਮੈਂਬਰ ਨੇ ਚੰਡੀਗੜ੍ਹ ਪੁਲਿਸ ਨੇ ਪੰਜ ਰਾਜਾਂ ਵਿੱਚ ਅੰਤਰਰਾਜੀ ਆਪਰੇਸ਼ਨ ਕਰਕੇ ਚੀਨੀਆਂ ਤੋਂ ਇਲਾਵਾ 20 ਗਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ ਕੋਲ 17,31,000 ਰੁਪਏ 9 ਲੈਪਟਾਪ 21 ਮੋਬਾਈਲ ਫੋਨ ਇੱਕ ਡੈਸਕਟਾਪ ਕੰਪਿਊਟਰ ਤੇ ਵੋਂਗ ਚਿੰਗ ਦੀ ਮਿਆਦ ਪਾਰ ਗਾ ਚੁੱਕਾ ਪਾਸਪੋਰਟ ਬਰਾਮਦ ਕੀਤਾ ਹੈ ਅਕਾਲੀ ਆਗੂ ਕਾਕਾ ਸੂਤ ਦਾ ਚਲਾਨ ਕੱਟਣ ਤੇ ਕੀਤੀ ਥਾਣੇ ਦੀ ਭੰਨ ਤੋੜ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ ਅਕਾਲੀ ਆਗੂ ਦਾ ਚਲਾਨ ਕੱਟਣ ਤੋਂ ਪੜਕੇ ਉਸ ਦੇ ਸਮਰਥਕਾਂ ਨੇ ਠਾਣਾ ਡਿਵੀਜ਼ਨ ਨੰਬਰ 5 ਨੂੰ ਨਿਸ਼ਾਨਾ ਬਣਾਇਆ ਸੂਤਰਾਂ ਦੇ ਮੁਤਾਬਕ ਕਾਕੂ ਸੂਦ ਅਤੇ ਉਸ ਦੇ ਸਾਥੀਆਂ ਨੇ ਠਾਣੇ ਦੀ ਭਾਂਡ ਤੋੜ ਕਰਕੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਅਤੇ ਮਾਮਲੇ ਵਿੱਚ ACP ਹਰੀਸ਼ ਪਹਿਲ ਦਾ ਕਹਿਣਾ ਹੈ ਕਿ ਪੁਲਿਸ ਨੇ ਵਿਪਨ ਸੂਦ ਕਾਕਾ ਸ਼ਿਵਮ ਸੂਦ ਗੁਰਵੀਰ ਮੱਕੜ ਤੇ ਰਿੰਕੀ ਬੰਟੀ ਬਿੱਟੂ ਸੰਜੇ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਤੇ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਬਾਜ਼ਾਰ ਦੇ ਵਿੱਚ ਡੀਪੀ ਦੀ ਨਵੀਂ ਕੀਮਤ ਖਾਦ ਲੇ ਸਰਕਾਰੀ ਨਿਯਮ ਅਤੇ ਵਿਸ਼ੇਸ਼ਤਾਵਾਂ ਸੋ ਡੀਪੀ ਦੇ ਨਾਲ ਜੁੜੀ ਹੋਈ ਜਾਣਕਾਰੀ ਬਹੁਤ ਇੰਪੋਰਟੈਂਟ ਹੈ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਵੱਡੀ ਵੀਡੀਓ ਵੀ ਚੈੱਕ ਕਰ ਸਕਦੇ ਹੋ। ਕੈਨੇਡਾ 'ਚ ਚੋਰੀ ਦੀ ਗੱਡੀ 'ਚ ਸੁੱਤੇ ਹੋਏ ਤਿੰਨ ਪੰਜਾਬੀ ਗ੍ਰਿਫਤਾਰ ਕੈਨੇਡਾ ਦੇ ਬਰੇਪੈਂਟਨ ਦੇ ਮੈਸੀਸਾਗਾ ਸ਼ਹਿਰ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਚੱਲ ਰਹੀਆਂ ਨੇ ਪੁਲਿਸ। ਵੀ ਪੂਰੀ ਚੌਕਸੀ ਵਰਤਰੀ ਹੈ ਜਿਸ ਦੇ ਚਲਦਿਆਂ ਪੁਲਿਸ ਨੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜੋ ਚੋਰੀ ਦੀ ਇੱਕ ਗੱਡੀ ਵਿੱਚ ਸੁੱਤੇ ਪੈ ਸਨ ਹਾਲਾਂਕਿ ਇਹਨਾਂ ਦੇ ਕੋਈ ਦੋਸ਼ ਸਾਬਤ ਨਹੀਂ ਹੋਇਆ ਪਰ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਲੁਧਿਆਣਾ ਜ਼ਿਲ੍ਹੇ 'ਚ ਡੇਂਗੂ ਅਤੇ ਸਵੈਨ ਫਲੂ ਦਾ ਕਹਿਰ ਸਿਹਤ ਵਿਭਾਗ ਦੀ ਲੋਕਾਂ ਨੂੰ ਅਪੀਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਡੇਂਗੂ ਅਤੇ ਸਵੈਨ ਫਲੂ ਦਾ ਕਹਿਰ ਮੱਝਿਆ ਹੋਇਆ ਜੀ ਇਸ ਦੇ ਨਾਲ ਹੀ ਹੁਣ ਜ਼ਿਲ੍ਹੇ ਦੇ ਵਿੱਚ ਡੇਂਗੂ ਤੇ ਹੁਣ 114 ਮਰੀਜ਼ ਸਾਹਮਣੇ ਆ ਚੁੱਕੇ ਨੇ ਸਿਹਤ ਵਿਭਾਗ ਵੱਲੋਂ 66 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਜੀ ਸਿਹਤ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਚ 14 ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਇਹਨਾਂ ਚੋਂ 12 ਜ਼ਿਲ੍ਹੇ ਦੇ ਰਹਿਣ ਵਾਲੇ ਹਨ ਜਦਕਿ ਦੂਜੇ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਬਾਕੀ ਨੇ ਹੁਣ ਤੱਕ ਸਥਾਨਕ ਹਸਪਤਾਲਾਂ ਚ 113 ਪੋਜ਼ਿਟਿਵ ਮਰੀਜ਼ ਸਾਹਮਣੇ ਆ ਚੁੱਕੇ ਨੇ ਮਾਮਲਾ ਨਸ਼ੇ ਚ ਟੱਲੀ ਮੁਟਿਆਰ ਦਾ ਵਿਧਾਇਕ ਜੀਵਨ ਜੋਤ ਕੋਰ ਨੇ ਭੇਜਿਆ ਨਸ਼ਾ ਸ਼ਡਾਉ ਕੇਂਦਰ ਮੁ ਕਬੂਲਪੁਰਾ ਇਲਾਕੇ ਚ ਬੀਤੇ ਦਿਨੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਜੇਕ ਮੁਟਿਆਰ ਨਸ਼ੇ ਦੀ ਹਾਲਤ ਵਿੱਚ ਪੂਰੀ ਤਰ੍ਹਾਂ ਟੱਲੀ ਆ ਕਮਿਸ਼ਨਰ ਰੇਡ ਪੁਲਿਸ ਨੇ ਇਸ ਸੰਬੰਧੀ ਇਲਾਕੇ ਦੇ ਵਿੱਚ ਸਰਚ ਬਿਆਨ ਵੀ ਚਲਾਇਆ ਤੇ ਇਸ ਦੌਰਾਨ ਤਿੰਨ ਨਸ਼ਾ ਵਪਾਰੀਆਂ ਨੂੰ ਗ੍ਰਿਫਤਾਰ ਕੀਤਾ ਤੇ 12 ਸ਼ੱਕੀ ਵਿਅਕਤੀਆਂ ਦੇ ਸਮੇਤ ਪੰਜ ਸ਼ੱਕੀ ਵਾਂ ਤੇ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਨਸ਼ੇ ਚ ਟੱਲੀ ਕੁੜੀ ਦਾ ਪੜਤਾ ਲਗਨ ਤੇ ਹਲਕਾ ਵਿਧਾਇਕ ਮੈਡਮ ਜੀਵਨਜੋਤ ਕੌਰ ਨੇ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ। ਪੰਜਾਬ ਸਰਕਾਰ ਨੇ ਫਿਰ ਮੰਗ ਲਿਆ ਆਊਟਸੋਰਸ ਮੁਲਾਜ਼ਮਾਂ ਦਾ ਡਾਟਾ ਸੋ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੁਆਰਾ ਨਿਯੁਕਤ ਕੀਤੇ ਗਏ ਆਊਟਸੋਰਸ ਕਰਮਚਾਰੀਆਂ ਤੇ ਠੇਕੇ ਤੇ ਕੰਮ ਕਰਦੇ ਆ ਤੇ ਆਊਟਸੋਰਸਿੰਗ ਏਜੰਸੀਆਂ ਦੀ ਕੁੱਲ ਗਿਣਤੀ ਦੇ ਅੰਕੜਿਆਂ ਨੂੰ ਇਕੱਠਾ ਕਰਨ ਦੇ ਨਿਰਦੇਸ਼ ਦਿੱਤੇ ਨੇ ਆਪਣੇ ਦਫ਼ਤਰ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਸੁਖਾਵੇਂ ਮਾਹੌਲ ਤੋਂ ਕੋਈ ਮੀਟਿੰਗ ਤੋਂ ਵਿੱਤ ਮੰਤਰੀ ਨੇ ਮੋਰਚੇ ਦੇ ਨੁਮਾਇੰਦਿਆਂ ਵੱਲੋਂ ਉਠਾਏ ਮੁੱਦਿਆਂ ਤੇ ਮੰਗਾ ਸਬੰਧੀ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਜਲਦੀ ਤੋਂ ਜਲਦੀ ਠੁਕਵੇਂ ਹੱਲ ਤੇ ਕੰਮ ਕੀਤੇ ਜਾ ਸਕਣ ਫਿਲਮ ਪ੍ਰੇਮੀਆਂ ਲਈ ਖੁਸ਼ਖਬਰੀ ਚੰਡੀਗੜ੍ਹ ਦੇ ਸਾਰੇ ਸਿਨੇਮਾ ਕਿਰਨ ਦੇ ਵਿੱਚ 75 ਰੁਪਏ ਦੇ ਵਿੱਚ ਦੇਖੋ ਫਿਲਮਸ ਤੋਂ ਤੁਸੀਂ 75 ਚ ਕੋਈ ਵੀ ਫਿਲਮ ਦੇਖ ਸਕਦੇ ਹੋ ਸਹੂਲਤ ਇੱਕ ਦਿਨ ਲਈ ਹੋਵੇਗੀ ਲੋਕਾਂ ਨੂੰ 16 ਸਤੰਬਰ ਨੂੰ 75 ਰੁਪਏ ਜੋ ਟਿਕਟਾਂ ਮਿਲਣਗੀਆਂ ਅੰਤਰਰਾਸ਼ਟਰੀ ਸਿਨੇਮਾ ਦੇ ਉਸਤੇ 16 ਸਤੰਬਰ ਨੂੰ ਚੰਡੀਗੜ੍ਹ ਨੇ ਦੇਸ਼ ਪਰਦੇ ਸਿਨੇਮਾ ਘਰਾਂ ਦੇ ਵਿੱਚ ਫਿਲਮਾਂ ਦੇਖਣ ਵਾਲਿਆਂ ਨੂੰ 75 ਰੁਪਏ ਟਿਕਟ ਦਿੱਤੀ ਜਾਵੇਗੀ ਅਜਿਹੇ ਚੋ ਡਰਾਈ ਸਿਟੀ ਦੇ ਲੋਕਾਂ ਲਈ ਵੀਕਐਂਡ ਇਹ ਕਾਫੀ ਖਾਸ ਹੋਣ ਵਾਲਾ ਹੈ ਜੋਜੀ ਸੇਵਾਵਾਂ ਸਮਾਪਤ ਕਰਨ ਤੇ ਪੰਜਾਬ ਸਰਕਾਰ ਦੇ ਵਿਰੁੱਧ ਵਿੱਚ ਉੱtre ਸਾਬਕਾ ਫੌਜੀ ਹਵਾਈਰ ਲਾੜੀਓ ਜੋ ਬੁਰੇਫਾਸੇ ਮੰਤਰੀ ਫੌਜਾ ਸਿੰਘ ਸਰਾਰੀ ਪਾਰਟੀ ਹਾਈ ਕਮਾਂਡ ਨੇ ਵੱਡਾ ਕਦਮ ਚੁੱਕ ਲਿਆ ਜੀ ਮੰਤਰੀ ਸਰਾਰੀ ਤੇ ਓਐਸਡੀ ترسےਮ لال ਨੂੰ ਚੰਡੀਗੜ੍ਹ ਤਲਬ ਕਰ ਲਿਆ ترسےਮ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਹਾਈ ਕਮਾਂਡ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਉਹ ਅਗਲਾ ਫੈਸਲਾ ਲੈਣਗੇ ਉਹਨਾਂ ਨੇ ਕਿਹਾ ਜੇਕਰ ਬੈਠਕ ਤੋਂ ਬਾਅਦ ਸੰਤੁਸ਼ਟ ਨਾ ਹੋਏ ਤਾਂ ਮੰਤਰੀ ਦੇ ਖਿਲਾਫ ਜਿੰਨੇ ਵੀ ਸਬੂਤ ਉਹਨਾਂ ਦੇ ਕੋਲੇ ਹਨ ਉਹ ਜਨਤਕ ਕਰ ਦੇਣਗੇ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਹੈ ਲਗਾਤਾਰ ਪੰਜਾਬ ਸਰਕਾਰ ਵੱਲੋਂ ਸਿਕੰਜਾ ਕੱਸਿਆ ਜਾ ਰਿਹਾ ਹੈ ਪੀਐਮ ਕਿਸਾਨ ਬਿਨਾ ਪੈਸੇ ਖਰਚੇ ਕਿਸਾਨ ਪੈਨਸ਼ਨ ਦੇ ਹੱਕਦਾਰ ਹੋਣਗੇ ਹਰ ਮਹੀਨੇ ਮਿਲਣਗੇ 3000 ਕਿਸਾਨ ਸਨਮਾਨ ਦੀ ਯੋਜਨਾ ਨਾਲ ਜੁੜੇ ਕਿਸਾਨਾਂ ਨੂੰ ਹਰ ਮਹੀਨੇ 3000 ਰੁਪਏ ਪੈਨਸ਼ਨ ਮਿਲੇਗੀ ਉਹ ਵੀ ਬਿਨਾ ਖਰਚ ਕਰਨ ਦੇ ਸੋ ਇਹ ਸਕੀਮ ਆ ਜਿਹੜੀ ਜਨਰਲ ਦੀ ਤੁਹਾਨੂੰ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰਨੀ ਪਵੇਗੀ ਜਿਸ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਹ ਸਕੀਮ ਦਾ ਪਤਾ ਲੱਗ ਜਾਵੇਗਾ ਧੰਨਵਾਦ